ਵਿਕਰਮ ਕੀ ਹਾਲ ਚਾਲ ਆ ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਦੋਸਤ ਠੀਕ ਹੋਵੋਗੇ ਅਤੇ ਲਹਿੰਦੇ ਵਾਲੇ ਵੀ ਚੜ੍ਹਦੇ ਵਾਲੇ ਵੀ ਸਾਰੇ ਵੀਰ ਸਾਡੇ ਅਤੇ ਸਾਡੀ ਇਸ ਟਾਈਮ ਮੋਟਰਸਾਈਕਲ ਹੋ ਗਈ ਆ ਪੈਂਚਰ ਅਤੇ ਧੁੱਪ ਦੇ ਮੰਜ਼ਰ ਦੇਖ ਲਓ, ਨਜ਼ਾਰੇ ਦੇਖ ਲਓ, ਗਰਮੀ ਬਹੁਤ ਪੈ ਰਹੀ ਹੈ ਯਕੀਨ ਮੰਨੋ, ਇੰਝ ਕਰਕੇ ਇੰਨੀ ਗਰਮੀ ਯਾਰ, ਅੱਲਾ ਮਾਫ਼ ਕਰੇ, ਅੱਲਾ ਮਾਫ਼ ਕਰੇ। ਭਾਈ ਇਮਰਾਨ ਬੈਠੇ ਫੋਨ ਸੁਣ ਰਹੇ ਆ ਅਤੇ ਨਾਲ ਹੀ ਸਾਡੀ ਗੱਡੀ ਹੋਈ ਆ ਵੀਰੇ ਪੈਂਚਰ ਅਤੇ ਟੂਬ ਦੇ ਹਾਲਾਤ ਦੇਖ ਲਓ, ਆਹ ਨਿਕਲੀ ਪਈ ਆ ਟੂਬ, ਜਿਵੇਂ ਗਰਮੀ 'ਚ ਬੰਦੇ ਦੀ ਜੀਭ ਬਾਹਰ ਨਿਕਲੀ ਹੁੰਦੀ ਹੈ ਜੀ, ਬਹੁਤ ਹੀ ਹਾਲਾਤ ਮਾੜੇ ਹੋ ਗਏ। ਓਏ ਹੋਏ ਹੋਏ ਲਵੇ ਮੌਲਾ ਲੋ ਵੀਰੇ, ਹੁਣ ਭਾਈ ਹੋਣੀ ਹੈ ਜੀ ਸਾਨੂੰ ਗੱਲ ਸੁਣਾ ਰਹੇ ਅਤੇ ਭਾਈ ਇਮਰਾਨ ਬਹੁਤ ਹੀ ਮਜ਼ੇ ਨਾਲ ਸੁਣ ਰਹੇ, ਜਿਵੇਂ ਹਕੀਮ ਨੁਸਖਾ ਸੁਣਾ ਰਿਹਾ ਅਤੇ 3200-3000 ਦਾ ਨੁਸਖਾ ਵਾ ਹੈ ਅਤੇ ਗੱਡੀ ਦਾ ਟਾਇਰ ਇਸ ਟਾਈਮ ਖੁੱਲ੍ਹ ਗਿਆ ਹੋਇਆ ਵਾ ਅਤੇ ਨੁਸਖਾ ਪੈ ਗਿਆ ਪਿਆ। ਲਓ ਭਾਜੀ ਇੱਕ ਹੋਰ ਗਾਹਕ ਆ ਗਿਆ ਇਹਨਾਂ ਦੇ ਕੋਲ, ਇੰਝ ਲੱਗਦਾ ਇਹਨਾਂ ਨੇ ਜਿੱਦਾਂ ਇੱਥੇ ਕੋਈ ਕਿੱਲ ਕੁੱਲ ਨਹੀਂ ਸੁੱਟੇ ਹੁੰਦੇ, ਆਪ ਹੀ ਸੁੱਟ ਦਿੱਤੇ ਜਿਵੇਂ। ਅਤੇ ਗੱਡੀ ਵਾਲਾ ਕਹਿ ਰਿਹਾ ਭਾਜੀ ਮੇਰੀ ਗੱਡੀ ਨੂੰ ਵੀ ਕੁਛ ਕਰ ਦਿਓ, ਕਹਿੰਦਾ ਬੇਟਾ ਮੇਰੇ ਕੋਲ ਟਾਈਮ ਹੈ ਨਹੀਂ, ਤੂੰ ਗੱਡੀ ਲੈ ਜਾ, ਨਿਕਲ ਜਾ ਬਸ, ਧੁੱਪ ਬਹੁਤ ਆ। ਲਓ ਜੀ ਇੱਕ ਹੋਰ ਭਰਾ ਆ ਗਿਆ, ਪਤਾ ਨਹੀਂ ਪੈਂਚਰ ਵਾਲੇ ਨੇ ਇੱਥੇ ਤਵੀਜ਼ ਦੱਬਿਆ ਹੋਇਆ, ਜਿਹੜਾ ਆਉਂਦਾ ਪੈਂਚਰ ਪੈਂਚਰ, ਇਹਨਾਂ ਨੂੰ ਵੀ ਮਸ਼ਵਰਾ ਇਹੀ ਮਿਲਿਆ ਭਾਜੀ ਟਾਇਰ ਟੂਬ ਪਵਾ ਲਓ। ਇਹ ਮੈਨੂੰ ਸਮਝ ਨਹੀਂ ਆਉਂਦੀ ਪੈਂਚਰਾਂ ਵਾਲਾ ਪਤਾ ਨਹੀਂ ਭਰਜਾਈ ਨੂੰ ਕਹਿ ਕੇ ਆਇਆ, ਜੱਲਾ ਦੀ ਕਸਮ ਹੈ ਟਾਇਰ ਟੂਬ ਹੀ ਪਾਉਣੇ ਆ, ਪੈਂਚਰ ਨਹੀਂ ਕਿਸੇ ਦਾ ਲਾਉਣਾ। ਬੰਦਾ ਯਕੀਨ ਮੰਨੋ ਗੱਡੀ ਤੋਂ ਵੀ ਮਜ਼ਦੂਰ ਆ ਅਤੇ ਹਲਕਾ ਜਿਹਾ ਲੱਤ ਤੋਂ ਵੀ ਮਜ਼ਦੂਰ ਆ, ਮੌਲਾ ਇਹਨੂੰ ਸਲਾਮਤ ਰੱਖੇ ਭਾਈ। ਦੇਖ ਸਕਦੇ ਆ ਵੀਰੇ ਤੁਸੀਂ, ਟਾਇਰ ਇਸ ਟਾਈਮ ਖੁੱਲ੍ਹ ਰਿਹਾ ਵਾ ਅਤੇ ਟਾਇਰ ਦਾ ਬੁਰਖਾ ਲਾਹ ਹੋ ਰਿਹਾ, ਨਿਆਣਾ ਇੰਝ ਲੱਗਾ ਹੋਇਆ ਵਾ ਕਿ ਜਜ਼ਬੇ ਨਾਲ ਕਿ ਸੀਜ਼ਨ ਲੱਗ ਜਾਏ ਜਲਦੀ ਜਲਦੀ। ਜਿਹੜਾ ਭਾਈ ਇਮਰਾਨ ਬਹੁਤ ਮਸੂਮੀਅਤ ਨਾਲ ਦੇਖ ਰਹੇ, ਇੱਧਰ ਭਾਈ ਵੀ ਖੜ੍ਹੇ ਆਪਣੇ ਸ਼ਰਮਾ ਗਏ ਹਾਂਜੀ, ਅਤੇ ਇਸ ਟਾਈਮ ਆ ਦੇਖ ਲਓ ਤੁਸੀਂ ਜਿਹੜਾ ਲੱਗੇ ਆ, ਸਾਡੇ ਕੱਪੜੇ ਲੱਥ ਰਹੇ, ਕੋਈ ਗੱਲ ਨਹੀਂ ਵੀਰੇ, ਲਾ ਲਾ ਸੀਜ਼ਨ ਆ ਤੇਰਾ, ਗਰਮੀਆਂ ਆ ਵੀ ਤੂੰ ਹੀ ਸੀਜ਼ਨ ਲਾਉਣਾ ਭਰਾਵਾ, ਸਰਦੀਆਂ 'ਚ ਕੌਣ ਪੈਂਚਰ ਲਵਾਉਣ ਆਉਂਦਾ ਤੇਰੇ ਕੋਲ, ਲਓ ਦੇਖ ਲਓ ਇਸ ਟਾਈਮ ਕੀ ਹਾਲਾਤ ਹੋਏ ਜੀ। ਪੈਸੇ ਤਾਂ ਅਸੀਂ ਦੇ ਦਿੱਤੇ ਆ ਹੁਣ, ਅਤੇ ਹੁਣ ਚੱਲਦੇ ਹਾਂ ਅਗਲੀ ਤਿਆਰੀ ਨੂੰ, ਅਤੇ ਹਕੀਮ ਸਾਹਿਬ ਤੁਹਾਨੂੰ ਕਹਿ ਰਹੇ ਧੁੱਪੇ ਕੜੀ ਨਾ ਕਰੀਓ, ਅਤੇ ਭਾਈ ਇਮਰਾਨ ਵੀ ਤਿਆਰੀ ਪਾੜਦੇ ਅਤੇ ਨਿਕਲਦੇ ਅੱਗੇ ਚੱਲਦੇ ਹਾਂ। ਲਓ ਵੀਰੇ ਹੁਣ ਤੁਹਾਡਾ ਭਰਾ ਇੱਥੋਂ ਨਿਕਲ ਪਿਆ ਹਾਂਜੀ, ਟਾਇਰ 'ਤੇ ਪਵਾ ਲਿਆ ਵੀ ਵੀਰ, ਗੱਡੀ ਖਰਾਬ ਹੋਈ ਆ, ਲੱਗਦਾ ਇਹਦਾ ਤੇਲ ਮੁੱਕ ਗਿਆ ਹਾਂਜੀ, ਅਤੇ ਵੀਰੇ ਗਰਮੀ ਬਹੁਤ ਆ, ਸੇਕ ਹੀ ਸੇਕ ਆ, ਹੋਂਠ ਖੁਸ਼ਕ ਹੋਏ ਆ, ਸਿਰ 'ਚ ਧੁੱਪ ਪੈ ਕੇ ਮੱਤ ਵੱਜ ਗਈ ਆ, ਅਤੇ ਲੱਸੀ ਵਾਲਾ ਲੱਭ ਰਹੇ ਹਾਂ ਹਾਂਜੀ, ਦੇਖਦੇ ਹਾਂ ਇਸ ਰੋਡ 'ਤੇ, ਕਹਿੰਦੇ ਲੱਸੀ ਬਹੁਤ ਮਸ਼ਹੂਰ ਆ ਝੰਗ ਬਾਜ਼ਾਰ, ਚਾਟੀ ਦੀ ਲੱਸੀ, ਸਪਰੇਟੇ ਵਾਲੀ ਲੱਸੀ ਆ ਵੀਰੇ, ਦੇਖਦੇ ਹਾਂ ਜੇ ਇਹਨੇ ਸੰਘ ਫੜ ਲਿਆ ਤਾਂ ਸਪਰੇਟਾ, ਜੇ ਸੰਘ ਨਾ ਫੜਿਆ ਤਾਂ ਫਿਰ ਖਾਲਸ ਲੱਸੀ ਹੋਊਗੀ ਹੈ ਆ, ਅਤੇ ਲੱਸੀ ਆ ਗਈ ਆ, ਅਤੇ ਲੱਸੀ ਵਾਲਾ ਹੁਣ ਸਾਨੂੰ ਮੱਗ ਫੜਾ ਰਿਹਾ ਅਤੇ ਦੇਖ ਰਹੇ ਆ, ਇਮਰਾਨ ਭਾਈ ਨੇ ਵੀ ਮੱਗ ਬਹੁਤ ਮੁਹੱਬਤ ਨਾਲ ਫੜਿਆ ਵਾ ਹਾਂਜੀ, ਜਿਵੇਂ ਇੰਤਖਾਬੀ ਨਿਸ਼ਾਨ ਹੁੰਦਾ ਸਾਡਾ ਹੈਂ, ਆਹ ਹਾ ਹਾ, ਲੱਸੀ ਵਾਲਾ ਕਹਿ ਰਿਹਾ ਮੈਂ ਉੱਤੇ ਹੀ ਨਾ ਪਾ ਦੇਵਾਂ, ਕਿਤੇ ਫੜ ਲਓ ਲੱਸੀ, ਆਏ ਹਾਏ ਭਾਜੀ ਜੇ ਤਾਂ ਇੱਕ ਨੰਬਰ ਹੋਈ ਤਾਂ ਸੰਘ ਨਹੀਂ ਫੜੂਗੀ ਹਾਂਜੀ ਭਾਜੀ, ਆਹ ਕਹਿੰਦੇ ਆ ਜੀ 80 ਰੁਪਏ ਦਾ ਐਡਾ ਕੁ ਮੱਗ ਆ, ਆਏ ਹਾਏ ਹਾਏ, ਲੱਸੀ ਵਾਲਾ ਵੀ ਬਹੁਤ ਗੁੱਸੇ ਨਾਲ ਦੇਖ ਰਿਹਾ, ਸੀਜ਼ਨ ਲੱਗ ਰਿਹਾ ਭਾਜੀ ਟੌਪ 'ਤੇ ਲੱਗ ਰਿਹਾ, ਅਤੇ ਚੱਲਦੇ ਹਾਂ ਲੱਸੀ ਪੀ ਕੇ ਦੱਸਦੇ ਹਾਂ ਤੁਹਾਨੂੰ ਕੀ ਬਣਿਆ, ਫਿਰ ਗੱਡੀ ਤਾਂ ਆਪਣੀ ਰੈਡੀ ਆ ਹੁਣ, ਅਤੇ ਚੱਲ ਕੇ ਤੁਹਾਨੂੰ ਦੱਸਦੇ ਹਾਂ ਅੱਗੇ ਅੱਗੇ ਕੀ ਬਣਦਾ ਸਾਡੇ ਨਾਲ। ਬਾਕੀ ਫਿਲ ਵਕਤ 'ਤੇ ਠੰਡ ਪਈ ਹੋਈ ਆ, 2-4-5 ਮਿੰਟ ਇਹਨੇ ਹਲੇ ਕੁਛ ਨਹੀਂ ਦੱਸਣਾ, ਥੋੜ੍ਹੀ ਦੇਰ ਬਾਅਦ ਦੱਸਣਾ ਕਿ ਮੈਂ ਕਿਹੜੀ ਲੱਸੀ ਹਾਂ, ਸਪਰੇਟੇ ਵਾਲੀ ਲੱਸੀ ਹਾਂ ਜਾਂ ਦਹੀਂ ਵਾਲੀ ਲੱਸੀ ਹਾਂ ਹਾਂਜੀ। ਉਹ ਵੀਰੇ ਲੱਸੀ ਦਾ ਇਮਤਿਹਾਨ ਹੋ ਗਿਆ ਸ਼ੁਰੂ, ਅਤੇ ਇਸ ਟਾਈਮ ਸਾਡਾ ਗਲਾ ਫੁੱਲ ਖੁਸ਼ਕ ਹੋ ਗਿਆ ਵਾ, ਅਤੇ ਬੁੱਲ ਵੀ ਇਸ ਟਾਈਮ ਖੁਸ਼ਕ ਹੋਏ ਪਏ ਆ, ਦੇਖ ਲਓ ਆਏ ਆਏ ਕੀ ਹਾਲਾਤ ਹੋ ਗਏ ਆ। ਮੈਂ ਤਾਂ ਭਾਈ ਇਮਰਾਨ ਦੀ ਮਿੰਨਤ ਕਰ ਰਿਹਾ ਵੀਰੇ, ਅੱਗੇ ਕੋਈ ਰੇੜੀ ਵਾਲਾ ਆਵੇ ਤਾਂ ਰੋਕ ਲਈ, ਪਰ ਤੈਨੂੰ ਤੇਰੀ ਮਾਂ ਦਾ ਵਾਸਤਾ, ਇਸ਼ਾਰਾ ਧਿਆਨ ਨਾਲ ਕ੍ਰਾਸ ਕਰੀ, ਧੁੱਪ ਬਹੁਤ ਆ, ਇਸ਼ਾਰਾ ਵੀ ਖੁੱਲ੍ਹਾ ਹੋਇਆ ਕਿਤੇ ਵਾਜੀ ਨਾ ਜਾਈ, ਅਤੇ ਵੀਰੇ ਨੇ ਇਸ਼ਾਰਾ ਕਰ ਲਿਆ ਕ੍ਰਾਸ, ਜੇ ਸੈਂਟਰ ਜੇਲ੍ਹ ਵਾਲੇ ਦੇ ਪਾਸੇ ਆ ਗਏ ਸੀ ਹਾਂਜੀ, ਭਾਜੀ ਸੈਂਟਰ ਜੇਲ੍ਹ 'ਚ ਨਹੀਂ, ਇੱਥੇ ਰੋਕ ਲਓ ਭਾਜੀ, ਤੁਹਾਡੀ ਮਿਹਰਬਾਨੀ। ਲਓ ਭਾਈ ਉਹਨਾਂ ਨੂੰ ਕਹਿ ਰਿਹਾ, ਦੇਖਦੇ ਹਾਂ ਭਾਜੀ ਗੱਡੀ ਰੋਕਦੇ ਆ ਕਿ ਨਹੀਂ ਰੋਕਦੇ, ਭਾਜੀ ਰੋਕ ਲਓ, ਰੇੜੀਆਂ ਲੰਘੀ ਜਾ ਰਹੀਆਂ, ਸਾਹ ਖੁਸ਼ਕ ਹੋ ਗਿਆ, ਯਕੀਨ ਮੰਨ ਲਓ ਬਸ ਹੋ ਗਈ ਆ, ਮੋੜ ਲਓ ਪਿੱਛੇ ਨੂੰ ਭਾਜੀ, ਤੁਹਾਡੀ ਮਿਹਰਬਾਨੀ, ਰੋਕੇ ਭਾਜੀ ਰੋਕੇ, ਕੀ ਅੱਲਾ ਭਲਾ ਕਰੇ ਭਾਈ ਇਮਰਾਨ ਦਾ, ਯਕੀਨ ਮੰਨੋ ਦੱਸ
ਇਸ ਟਾਈਮ ਸੱਤੂ ਵਾਲੀ ਰੇਹੜੀ 'ਤੇ ਖੜ੍ਹੇ ਹਾਂ, ਜਿਹੜਾ ਦਿਲ ਦਿਮਾਗ ਨੂੰ ਸਕੂਨ ਦੇਗਾ ਅਤੇ ਸਾਡਾ ਤਾਂ ਗਲਾ ਹੋ ਗਿਆ ਖੁਸ਼, ਅਸੀਂ ਤਾਂ ਮਰਨ ਵਾਲੇ ਹੋ ਗਏ ਭਰਾ। ਉਹ ਲੱਸੀ ਜਿਹੜੀ ਸਪਰਿੰਟ ਵਾਲੀ ਸੀਗੀ ਵੀਰੇ, ਇਹ ਕਨਫਰਮ ਤੁਸੀਂ ਵੀ ਪੀ ਕੇ ਚੈੱਕ ਕਰੀ ਭਾਈ ਹਰੀ, ਦੇਖ ਲਓ ਰਿੜਕਾ ਲਾ ਰਹੇ, ਸੱਤੂ ਪਾ ਤੇ ਆ, ਸ਼ੱਕਰ ਪਾ ਤੀ ਆ, ਮਿੱਠਾ ਪੂਰਾ ਪਾ ਕੇ ਹੈ, ਸ਼ੱਕਰ ਪਾ ਕੇ। ਆਹ ਮੇਰਾ ਵੀਰ, ਆਹ ਵੀ ਮੇਰਾ ਵੀਰ ਖੜ੍ਹਾ ਵਾ, ਦੇਖੋ ਜ਼ਰਾ ਭਰਾ ਖੜ੍ਹੇ ਆ, ਫੁੱਲੀ ਛਾਂ ਦੇ ਥੱਲੇ ਰੇਹੜੀ ਲੱਗੀ ਹੋਈ ਆ, ਸੱਤੂ ਰਿੜਕ ਹੋ ਰਹੇ ਆ ਪੂਰੇ ਮਜ਼ੇ ਦੇ ਨਾਲ, ਆਪੋ ਧਾਪ ਦੇ ਨਾਲ। ਅੱਲਾ ਭਲਾ ਕਰੇ ਭਾਈ ਇਮਰਾਨ ਦਾ, ਉਹ ਜਿਹਨੇ ਆਪਾਂ ਨੂੰ ਸੱਤੂ ਪਲਾ ਤੇ, ਯਕੀਨ ਮੰਨੋ ਸੱਤੂ ਪੀ ਕੇ ਤੁਹਾਨੂੰ ਦੱਸਦੇ ਹਾਂ ਵੀਰੇ ਕੈਸੇ ਨਜ਼ਾਰੇ ਆ। ਹਾਂਜੀ, ਰੇਹੜੀ ਦਾ ਨਜ਼ਾਰਾ ਦੇਖੋ ਕਿੱਡਾ ਖੂਬਸੂਰਤ, ਸ਼ੱਕਰ ਲੱਗੀ ਹੋਈ ਆ, ਸੱਤੂ ਲੱਗੇ ਹੋਏ ਆ। ਇਮਰਾਨ ਭਾਈ ਵੀ ਬੜੀ ਮੁਹੱਬਤ ਦੀ ਨਿਗਾਹ ਦੇਖ ਰਹੇ, ਕਦੋਂ ਗਲਾਸ ਮੇਰੇ ਕੋਲ ਆਵੇ ਅਤੇ ਮੈਂ ਇੰਝ ਕਰਕੇ ਗੜ 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 ਕਰਕੇ ਪੀ ਜਾਵਾਂ ਬਸ। ਹਾਂਜੀ ਭਾਅ ਜੀ, ਸਹੀ ਆ, ਤੁਸੀਂ ਸਹੀ ਔਕੇ ਦਾ ਨਿਸ਼ਾਨ ਕਰ ਰਹੇ। ਜਿੰਨਾ ਸੰਘ ਮੇਰਾ ਸੁੱਕਿਆ ਹੋਇਆ ਨਾ, ਯਕੀਨ ਮੰਨੋ ਲੰਬ ਨਿਕਲ ਗਈ, ਮਰਨ ਵਾਲੇ ਹੋ ਗਏ। ਤੁਸੀਂ ਤਾਂ ਕਮਾਂਡੋ ਹੀ ਲੱਗ ਰਹੇ ਭਾਅ ਜੀ ਇਸ ਟਾਈਮ। ਹਾਂਜੀ ਹਾਂਜੀ, ਮੇਦੇ ਨੂੰ ਸਕੂਨ ਦਊਗੀ, ਮੈਨੂੰ ਪਤਾ ਇਹ ਬਹੁਤ ਸੋਹਣਾ ਸਕੂਨ ਦਊਗੀ, ਇਹਨੂੰ ਅੰਦਰ ਜਾਣ ਦਿਓ ਬਸ, ਤੁਸੀਂ ਸੱਤੂ ਪੀਣ ਦਿਓ ਮੈਨੂੰ ਬਸ ਤੁਸੀਂ। ਹਾਂਜੀ, ਆਹ ਦੇਖ ਲਓ ਕਿੱਡੇ ਖਰੇ ਸੱਤੂ, ਸਾਫ਼ ਸੁਥਰੇ ਸੱਤੂ ਹੈ ਭਾਅ ਜੀ। ਫੜਾ ਦਿਓ ਗਲਾਸ, ਕਿੰਨੀ ਕੁ ਦੇਰ ਹੁਣ ਸਾਡਾ ਇੰਤਜ਼ਾਰ ਕਰੀਏ, ਸਾਨੂੰ ਬਰਫ਼ ਪਾ ਦਿਓ ਜ਼ਰਾ, ਬਹੁਤੀ ਪਾ ਦਿਓ ਜ਼ਰਾ, ਕਿਉਂਕਿ ਸੰਘ ਖੁਸ਼ਕ ਹੋਇਆ ਭਾਅ ਜੀ। ਹਾਂਜੀ, ਪਾ ਦਿਓ ਭਾਅ ਜੀ, ਜੋ ਕੁਛ ਹੈਗਾ, ਸ਼ੱਕਰ ਪਾ ਦਿਓ, ਚੀਨੀ ਪਾ ਦਿਓ, ਸੱਤੂ ਕੀ ਵੀਰੇ, ਸੱਤੂਆਂ ਦਾ ਗਲਾਸ ਰੈਡੀ ਹੋ ਗਿਆ ਵਾ ਅਤੇ ਭਾਈ ਉਹਨਾਂ ਨੇ ਇਸ ਟਾਈਮ ਪੈਪ ਲਾ ਤੇ ਬੜੇ ਸੁਰੀਲੇ ਅੰਦਾਜ਼ ਦੇ ਨਾਲ, ਅਤੇ ਭਾਈ ਇਮਰਾਨ ਗਲਾਸ ਮੇਰੇ ਵੱਲ ਕਰ, ਨਹੀਂ ਭਾਅ ਜੀ ਤੁਸੀਂ, ਭਾਅ ਜੀ ਨਹੀਂ ਇੱਦਾਂ, ਚਲੋ ਭਾਅ ਜੀ ਮੇਰੇ ਵੱਲ ਰੱਖ ਦਿਓ, ਤੁਸੀਂ ਵੀ ਆਪਣਾ ਗਲਾਸ ਮੁੜ ਫੜ ਲਓ ਭਾਅ ਜੀ, ਪੀ ਲਓ ਕਿਤੇ। ਗੱਲ ਆ ਭਾਅ ਜੀ, ਲੱਸੀ ਲੁੱਸੀ ਨੂੰ ਗੋਲੀ ਮਾਰੋ, ਇਹ ਦੋ ਨੰਬਰ ਲੱਸੀਆਂ, ਅਤੇ ਚੱਲਦੇ ਹਾਂ ਇਮਰਾਨ ਸਾਹਿਬ ਵੱਲ। ਹਾਂਜੀ ਭਾਅ ਜੀ, ਸਿਪ ਭਰਿਆ, ਹਾਏ ਹਾਏ ਹਾਏ, ਮਜ਼ੇ ਆ ਗਏ ਭਾਅ ਜੀ। ਆਹ ਲੱਸੀਆਂ ਲੁੱਸੀਆਂ ਨੂੰ ਛੱਡੋ ਵੀਰੇ, ਸੱਤੂ ਪੀਆ ਕਰੋ, ਦੇਸੀ ਖੁਰਾਕਾਂ ਦੇਸੀ ਖੁਰਾਕਾਂ ਹੀ।